ਖਾਲਸਾ ਜੀ ਗੁਰਫਤ ਤੇ ਪ੍ਰਵਾਨ ਕਰਿਓ ਕਾਜ ਵਜ ਕੇ ਫਤਿਹ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਜਿਸ ਦਾ ਟਾਈਟਲ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਚੋਰ ਕੀ ਹਾਮੋਂ ਭਰੇ ਨ ਕੋਏ ਚੋਰ ਕਿਆ ਚੰਗਾ ਕਿਉਂ ਹੋਏ ਇਹਦੇ ਨਾਲ ਆਪਾਂ ਟਾਈਟਲ ਸ਼ੁਰੂ ਕੀਤਾ ਹੈ ਔਰ ਇਸ ਵੀਡੀਓ ਦੇ ਵਿੱਚ ਆਪਾਂ ਨੇ ਜਿਹੜੀ ਵਿਚਾਰ ਕਰਨੀ ਹੈ ਉਹ ਵਿਚਾਰ ਕੁਝ ਕੁਛ ਤਾਂ ਤੁਸੀਂ ਸਮਝ ਗਏ ਹੋਮੋਗੇ ਤੇ ਕੁਝ ਆਪਾਂ ਦੱਸ ਦਿੰਨੇ ਆ ਕੋਈ ਲੋਕਲ ਪੇਟ ਵਾਲੀ ਗੱਲ ਕਿਹੜੀ ਹੈ ਪੂਰੇ ਵਰਲਡ ਦੇ ਵਿੱਚ ਇਹ ਖਬਰਾਂ ਪਹੁੰਚ ਚੁੱਕੀਆਂ ਨੇ ਜਿਹੜਾ ਫਤੇਗੜ ਸਾਹਿਬ ਦਾ ਮਸਲਾ ਹੈ ਬੱਚਿਆਂ ਨੂੰ ਕੁੱਟਣ ਦਾ ਸਭ ਤੋਂ ਪਹਿਲਾਂ ਮੈਂ ਉਹਨਾਂ ਸੱਜਣਾ ਵਾਸਤੇ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਗੁਰਸਿੱਖਾਂ ਗੁਰੂ ਨਾਲ ਪਿਆਰ ਕਰਨ ਵਾਲਾ ਗੁਰੂ ਕੀ ਮਰਜ਼ਾ ਨਾਲ ਪਿਆਰ ਕਰਨ ਵਾਲਾ ਸਤਿਪੁਰਸ਼ਾਂ ਨਾਲ ਪਿਆਰ ਕਰਨ ਵਾਲਾ ਬਾਣੀ ਬਾਣੇ ਨਾਲ ਪਿਆਰ ਕਰਨ ਵਾਲਾ ਗੁਰੂ ਕੇ ਬਰੋਸਾਏ ਜਿਹੜੇ ਅਸਥਾਨ ਨੇ ਪਵਿੱਤਰ ਸਥਾਨ ਨੇ ਇਤਿਹਾਸਕ ਸਥਾਨ ਨੇ ਉਹਨਾਂ ਦੇ ਇੱਕ ਇੱਕ ਕਤਰੇ ਨਾਲ ਪਿਆਰ ਕਰਨ ਵਾਲਾ ਗੁਰਸਿੱਖ ਆ। ਗੁਰੂ ਘਰਾਂ ਦੇ ਵਿੱਚ ਜਿਹੜੇ ਲੋਕ ਗਲਤ ਮਨਸ਼ਾ ਨਾਲ ਜਾਂਦੇ ਨੇ ਜਾਂ ਆਸ਼ਕੀਆਂ ਕਰਦੇ ਨੇ ਜਾਂ ਕੁੜੀਆਂ ਮੁੰਡੇ ਇੱਕ ਪਿਕਨਿਕ ਤੌਰ ਤੇ ਜਾਂਦੇ ਨੇ ਉਹਦੇ ਮੈਂ ਸਖਤ ਖਿਲਾਫ ਹਾਂ ਇਹ ਨਹੀਂ ਹੋਣਾ ਚਾਹੀਦਾ ਹਾਂ ਪਰ ਕਿਸੇ ਨੂੰ ਬੈਠੇ ਨੂੰ ਨਜਾਇਜ਼ ਕੁੱਟਣਾ ਵੀ ਇਹ ਕਿੱਥੋਂ ਦੀ ਦਿਆਨਤਦਾਰੀ ਹੈ ਜਦੋਂ ਬੰਦੇ ਦੇ ਕੋਲ ਨਾ ਕੋਈ ਅਹੁਦਾ ਹੈ ਨਾ ਕੋਈ ਉੱਥੇ ਸੇਵਾਦਾਰੀ ਦਾ ਸਰਟੀਫਿਕੇਟ ਹੈ ਕੋਲ ਨਾ ਕੋਈ ਉਸ ਬੰਦੇ ਦੇ ਕੋਲ ਜ਼ਿੰਮੇਵਾਰੀ ਹੈ ਉੱਥੇ ਉਹਦਾ ਫਰਜ਼ ਤਾਂ ਇਹ ਬਣਦਾ ਸੀ ਕਿ ਉਹ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਸਜਣਾ ਨੂੰ ਦੱਸਦਾ ਜਿਉਂ ਨਾ ਕੋਈ ਕਾਰਵਾਈ ਕਰ ਦੇ ਫਿਰ ਕੋਈ ਐਕਸ਼ਨ ਲੈਂਦਾ ਫਿਰ ਪੁਲਿਸ ਰਿਪੋਰਟ ਕਰ ਸਕਦਾ ਸੀ ਬਹੁਤ ਆਪਸ਼ਨਾਂ ਸੀਗੀਆਂ ਪਰ ਇਹ ਮੁੰਡਾ ਜਿਹੜਾ ਈਸ਼ਵਰ ਸਿੰਘ ਮਾਨੂਪੁਰ son of ਸੁਲਤਾਨ ਸਿੰਘ ਮਾਨੂਪੁਰ ਲੈਂਮੈਨ ਦਾ ਮੁੰਡਾ ਮੈਂ ਬਹੁਤ ਖੁੱਲੇ ਤਰੀਕੇ ਨਾਲ ਤੁਹਾਨੂੰ ਅੱਜ ਇਹ ਵਿਚਾਰ ਦੱਸਣਾ ਚਾਹੁੰਦਾ ਕਿ ਇਹ ਮੁੰਡਾ ਹੈ ਕੌਣ ਇਹਦੀ ਔਕਾਤ ਕੀ ਹੈ ਇਹਦਾ ਘਰ ਦਾ ਸਿਸਟਮ ਕੀ ਹੈ ਤੇ ਇਹ ਕਰਦਾ ਕੀ ਹੈ ਇਸ ਕਰਕੇ ਮੈਂ 2 ਦਿਨ ਤੋਂ ਦੇਖਦਾ ਹਾਂ ਨਾ ਨੋਟੀਫਿਕੇਸ਼ਨ ਦੇ ਵਿੱਚ ਲੋਕ ਇੱਕ ਦੂਜੇ ਨੂੰ ਗਾਲ ਮਗਾਲੀ ਹੋਏ ਜਾਂਦੇ ਤੁਸੀਂ ਆਪਣੀਆਂ ਕੁੜੀਆਂ ਜੀ ਹੋਟਲਾਂ 'ਚ ਭੇਜ ਦਿਆ ਕਰੋ ਕਿਰਾਇਆ ਦੇ ਕੇ ਭੇਜ ਦਿਆ ਕਰੋ ਜੀ ਉੱਥੇ ਆ ਕਰ ਦਿਆ ਕਰੋ ਸਿੱਖੋ ਸਾਡੇ ਸਿਰ ਦੇ ਉੱਤੇ ਮੌਤ ਖੜੀ ਆ ਮੌਤ ਭਾਰਤੀ ਤੰਤਰ ਇੱਕ ਇੱਕ ਸਿੱਖ ਦੇ ਉੱਤੇ ਇੱਕ ਟੁਕੜ 100-100 Hindu ਖੜਾ ਹੈ ਨਹੀਂ ਸਮਝ ਆਉਂਦੀ ਨਾ ਸਹੀ ਤੁਹਾਨੂੰ ਤੁਹਾਡੇ ਦੁਸ਼ਮਣਾਂ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇਹ ਲੋਕ ਸਨਮਾਨਤ ਕਰਦੇ ਨੇ ਉਹਨਾਂ ਨੂੰ ਤਗਮੇ ਦਿੰਦੇ ਨੇ ਭਾਰਤ ਰਤਨ ਦੇ ਅਵਾਰਡ ਦਿੰਦੇ ਆ ਤੇ ਤੁਸੀਂ ਕਿਹੜੀਆਂ ਚੱਕਰਾਂ 'ਚ ਪੈ ਗਏ ਕਿਹੜੇ ਚੱਕਰਾਂ 'ਚ ਪੈ ਗਏ ਤੁਸੀਂ ਕਿਧਰ ਨੂੰ ਤੁਰ ਪਏ ਪਹਿਲਾਂ ਤਾਂ ਮੈਂ ਈਸ਼ਵਰ ਸਿੰਘ ਬਾਰੇ ਦੱਸਣ ਲੱਗਾ 2016 'ਚ ਇਸ ਟਾਊਟ ਨੇ ਹੁਣ ਸਮਝੋ ਜਿਹੜੇ ਬੰਦੇ ਗਾਲਾਂ ਕੱਢਦੇ ਨੇ ਈਸ਼ਵਰ ਦੀ ਮਦਦ ਕਰਦੇ ਨੇ ਤੇ ਔਰ ਲਿਖ ਲਿਖ ਪਾਉਂਦੇ ਨੇ ਕਿ ਈਸ਼ਵਰ ਈਸ਼ਵਰ ਨੂੰ ਸਰਟੀਫିକਟ ਬਿਆਹ ਤੇ ਦਿੰਦਾ ਹੋ ਤੇ ਇਹ ਸੁਣ ਲੈਣ ਇਹ ਬੰਦਾ ਟਾਊਟ ਹੈ ਪੁਲਿਸ ਦਾ ਟਾਊਟ ਇਸ ਹਰਾਮਜਾਦੇ ਨੇ ਮੇਰੇ ਦੋ ਭਤੀਜੇ ਇੱਕ ਮੇਰੀ ਭਾਣਜ ਨੂੰ ਇੱਕ ਮੇਰਾ ਭਣਜਾ ਸੀ ਇਹ ਸਟਾਫ ਖੰਨੇ ਨੂੰ ਚੁਕਵਾਏ ਅਕਤੂਬਰ 2016 ਦੇ ਵਿੱਚ ਕਾਰਨ ਕੀ ਇਸ ਹਰਾਮਜਾਦੇ ਕੁੱਤੇ ਬੰਦੇ ਨੇ ਇੱਕ ਗਰੁੱਪ ਬਣਾਇਆ ਸੀਗਾ ਪਿੰਡਰਾਵਾਲੇ ਨਾਮ ਦਾ ਗਰੁੱਪ ਉਸ ਗਰੁੱਪ ਦੇ ਵਿੱਚ ਇਹਨੇ 10 ਨੂੰ ਵੀ ਐਡ ਕੀਤਾ ਹੋਰ ਵੀ ਬਾਹਰਲੇ ਮੁਲਖਾਂ ਦੇ ਵਿੱਚੋਂ ਜਿਹੜੇ ਸਿੰਘ ਸੀਗੇ ਬਾਣੀ ਬਣੇ ਨਾਲ ਜੁੜੇ ਹੈ ਉਹਨਾਂ ਨੂੰ ਐਡ ਕੀਤਾ ਇਹਨੇ ਨੌ ਵਰਤਿਆ ਮਹਾਪੁਰਖਾਂ ਦਾ ਟਕਸਾਲ ਦਾ ਉਹਨੂੰ ਐਡ ਕਰਕੇ ਇਸ ਬੰਦੇ ਨੇ ਢੱਡਰੀਆਂ ਵਾਲੇ ਨੂੰ ਵੀ ਐਡ ਕੀਤਾ ਸੀ ਵਿੱਚ ਉਹਦੀ ਚਮਚਾਗਰੀ ਉਦੋਂ ਕਰਦਾ ਹੁੰਦਾ ਸੀ ਇਹ ਜਦੋਂ ਸਿੰਘਾਂ ਦਾ ਜੋਰ ਭਰ ਗਿਆ ਫੇਰ ਇਹਨਾਂ ਢੱਡਰੀਆਂ ਵਾਲੇ ਦਾ ਖੜਾ ਛੱਡਿਆ ਵਰਨਾ ਹੈ ਢੱਡਰੀਆਂ ਵਾਲੇ ਦੇ ਪੈਰ ਚੋਂ ਗੰਦਗੀ ਚੱਕਣ ਤੱਕ ਵੀ ਜਾਂਦਾ ਸੀ ਇਹ ਬੰਦਾ ਉਹਦੀ ਇਸ ਬੰਦੇ ਨੇ ਉਹਦੇ ਵਿੱਚ ਬੁਲਾ ਕੇ ਮੇਰੇ ਕੋਲੋਂ ਪਹਿਲੀ ਆਡੀਓ ਮੈਂ ਉਹਦੇ ਖਿਲਾਫ ਬੋਲਿਆ ਸੀਗਾ ਕਿਉਂਕਿ ਉਹ ਮਹਾਪੁਰਖਾਂ ਦੇ ਖਿਲਾਫ ਬੋਲਿਆ ਸੀ ਠੱਕੀ ਸਾਹ ਵਾਲਿਆਂ ਦੇ ਦਸ਼ਮ ਗ੍ਰੰਥ ਸਾਹਿਬ ਦੇ ਖਿਲਾਫ ਢੜੀਆਂ ਵਾਲਾ ਬੋਲਿਆ ਸੀਗਾ ਜਦੋਂ ਲਾਸਟ ਟਾਈਮ ਇੰਗਲੈਂਡ ਦੇ ਵਿੱਚ ਆ ਕੇ ਗਿਆ ਔਰ ਇੱਥੋਂ ਦੇ ਜਮੋਤਵਰਸ ਜਣਾਨੇ ਉਹਨੂੰ ਸ਼ੇਰ ਦੇ ਮੂੰਹ ਵਾਲੀ ਕਿਰਪਾਨ ਪੇਟ ਕੀਤੀ ਸੀ ਉਦੋਂ ਬਾਅਦ ਉਹਨੇ 45 ਮਿੰਟ ਦੀ ਵੀਡੀਓ ਬਣਾ ਕੇ ਜਿਹੜੇ ਮਸ਼ੀਨਰੀਆਂ ਦੇ ਚੈਨਲ ਚੈਨਲ ਸਿੱਖ ਚੈਨਲ ਤੇ ਸੰਗਤ ਚੈਨਲ ਉਹਨਾਂ ਦੇ ਹਫ਼ਤਾ ਪਾਰੋਂ ਵੀਡੀਓ ਵੀ ਚੱਲਦੀ ਰਹੀ ਸੀ ਵੀ ਮੈਨੂੰ ਇਹ ਅ ਬਦਲਿਆ ਹੋਇਆ ਕਹਿੰਦੇ ਨੇ ਏਜੰਸੀਆਂ ਕੋਲ ਵਿਕਿਆ ਹੋਇਆ ਕਹਿੰਦੇ ਨੇ ਅੱਜ ਵੀ ਕਹਿੰਦੇ ਆ ਕਿ ਢੱਡਰੀਆਂ ਵਾਲਾ ਏਜੰਸੀਆਂ ਕੋਲ ਵਿਕਿਆ ਹੋਇਆ ਹੈ ਵਿਸ਼ਾ ਨਹੀਂ ਪਰ ਅੱਜ ਵੀ ਸੰਗਤ ਨੂੰ ਕਹਿੰਦੇ ਆ ਕਿ ਢੱਡਰੀਆਂ ਵਾਲਾ ਏਜੰਸੀਆਂ ਕੋਲ ਵਿਕਿਆ ਹੋਇਆ ਹੈ ਇਹਦੇ ਕੋਲੋਂ ਸੰਗਤ ਸੁਚੇਤ ਸਾਵਧਾਨ ਨਾ ਰਵੇ ਇਹ ਵੀ ਆਪਣਾ ਵਿਸ਼ਾ ਨਹੀਂ ਬੋਲਣ ਦਾ ਬੋਲਣਾ ਈਸ਼ਵਰ ਸਿੰਘ ਕੌਣ ਹੈ ਇਸ ਬੰਦੇ ਨੇ ਮੇਰੇ ਕੋਲੋਂ ਬੁਲਵਾ ਕੇ ਉਹਦੇ ਤੂ ਤੂ ਮੈਂ ਮੈਂ ਕਰਵਾਈ ਤੂ ਤੂ ਮੈਂ ਮੈਂ ਕਰਵਾ ਕੇ ਤੇ ਵਿੱਚ ਆਪਣੇ ਆਪ ਮੋਰੀ ਬਣਦਾ ਫਿਰੇ ਫਿਰ ਫੈਸਲਾ ਕਰਾਉਣ ਨੂੰ ਫੇਰ ਇਸ ਬੰਦੇ ਨੇ ਮੈਨੂੰ ਕੁਰਪਾਨਾ ਭੇਜਣ ਦਾ ਸ੍ਰੀ ਸਾਹਿਬ ਮੈਨੂੰ ਦੋ ਚਾਹੀਦੀਆਂ ਸੀ ਕਿਉਂਕਿ ਸੰਗਤ ਦੇ ਵਿੱਚ ਵਿਚਰਨ ਵਾਸਤੇ ਬਾਹਰ ਅੰਦਰ ਜਾਣ ਵਾਸਤੇ ਕੁਰਪਾਨ ਵੱਡੀ ਚਾਹੀਦੀ ਸੀ ਸ੍ਰੀ ਸਾਹਿਬ ਮੈਂ ਇਸ ਬੰਦੇ ਨੂੰ ਪੁੱਛਿਆ ਕਿ ਤੂੰ ਕੁਰਪਾਨਾ ਭੇਜ ਸਕਦਾ ਹੈ ਇਸ ਬੰਦੇ ਨੇ ਕਿਹਾ ਕਿ ਹਾਂ ਮੈਂ ਤੈਨੂੰ ਕੁਰਪਾਨ ਭੇਜ ਦਿੰਦਾ ਹੈ ਸ੍ਰੀ ਸਾਹਿਬ ਦੇ ਨਾਂ ਤੇ ਮੈਂ ਇਹਨੂੰ ਪੁੱਛਿਆ ਕਿੰਨੇ ਦੀ ਆਊਗੀ ਕਹਿੰਦਾ 15000 ਦੀ ਮਖਾ ਪਰ ਐਦਾਂ ਕਰ ਦੋ ਭੇਜ ਦੇ ਇਸ ਬੰਦੇ ਨੂੰ ਮੈਂ ਵੈਸਟਰ ਯੂਨੀਅਨ ਦੇ ਰਾਹੀਂ 30000 ਰੁਪਏ ਭੇਜਿਆ ਇਹ ਚੋਰ ਬੰਦਾ ਐ ਟਾਊਟ ਬੰਦਾ ਐ ਪੁਲਿਸ ਦਾ ਇੱਕ ਗਦਾਰ ਮਕਾਰ ਬੰਦਾ ਐ ਨੀਚ ਸੋਚਣੀ ਦਾ ਬੰਦਾ ਐ ਈਸ਼ਵਰ ਸਿੰਘ ਮਾਨੂਪੁਰ ਇਸ ਬੰਦੇ ਨੇ 3 ਸਾਲ ਮੁੜ ਕੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਮਿੰਤਾ ਤਰਲੇ ਕਰਦ ਰਿਹਾ ਭਾਈ ਕਿਰਪਾਨ ਭੇਜ ਦੇ ਛੋਟੀਓਂ ਕਿਰਪਾਨ ਭੇਜ ਦੇ ਕੋ ਚਲ ਮੈਨੂੰ ਹੌਸਲਾ ਆ ਜਾ ਹੋ ਜਾਏ ਇੱਕੋ ਹੀ ਕਿਰਪਾਨ ਭੇਜ ਦੇ ਇਸ ਬੰਦੇ ਨੇ ਜਦੋਂ ਦੇਖੋ ਫਤੇਗੜ ਸਾਹਿਬ ਬੈਠਾ ਹੁੰਦੇ ਗਰਾਈਆਂ ਕਰਦਾ ਛਾਪਾਂ ਤੋਂ ਇਹਨੇ ਕੋਈ ਮੈਨੂੰ ਨਾ ਪੈਸਾ ਦੇਣ ਦੀ ਗੱਲ ਕੀਤੀ ਨਾ ਨੇ ਕਿਰਪਾਨਾਂ ਭੇਜੀਆਂ ਤੇ ਜਦੋਂ ਮੈਂ ਸਾਡੇ ਮੈਂ ਆਪਣੇ ਭਤੀਜਿਆਂ ਨੂੰ ਕਿਹਾ ਇਹਦੇ ਕੋਲੋਂ ਭਾਈ ਪੈਸੇ ਲੈ ਕੇ 30000 ਰੁਪਏ ਲੈਣਾਂ ਇਹਦੇ ਕੋਲੋਂ ਕੁਰਬਾਨਾ ਵਾਸਤੇ ਭੇਜਿਆ ਸੀ ਮੁੰਡੇ ਗਏ ਫਤੇਗੜ ਸਾਹਿਬ ਦਾ ਜੋੜ ਮੇਲਾ ਚੱਲਦਾ ਸੀ ਇਸ ਬੰਦੇ ਨੇ ਛੋਪਾ ਤੋਂ ਗ੍ਰਾਹੀ ਕੀਤੀ ਹੀ 5-5 ਰੁਪਏ ਇਕੱਠੇ ਕਰਕੇ 10000 ਰੁਪਏ ਮੋੜਿਆ ਜਿਹੜਾ ਵੀ ਸੱਜਣ ਕਹਿੰਦਾ ਕਿ ਇਹ ਬੰਦਾ ਬਹੁਤ ਸਹੀ ਹੈ ਇਹ ਬੰਦੇ ਨੇ ਬਈਆ ਕਰਮ ਕੀਤਾ ਤੇ ਇਹਨੂੰ ਬਿਠਾ ਕੇ ਪੁੱਛ ਲਿਓ ਇਹਨੇ 10-10000 ਰੁਪਏ 5-5 ਦੇ ਨੋਟ ਆਪਾਂ ਦੇਖਦੇ ਆ ਗਰੀਬ ਬੰਦਾ ਕਿਵੇਂ ਲਗੋ ਕੇ ਰੱਖਦਾ 5 ਰੁਪਏ ਵੀ ਉਹ ਇਹਨੇ ਗ੍ਰਾਹੀ ਕੀਤੀ 숍ਾਂ ਤੋਂ ਉਹ ਮੇਰੇ ਭਤੀਜਿਆਂ ਨੂੰ ਦਿੱਤੇ ਜਿਹੜੇ ਸਾਡੇ ਪਿੰਡ ਦੇ ਜੀਡੀ ਰੋਡ ਤੇ ਲੰਗਰ ਲੱਗਦਾ ਉਹਦੇ ਵਿੱਚ ਉਹਨਾਂ ਨੇ ਵਰਤੇ ਮੈਂ ਕਿਹਾ ਸੀ ਕਿ ਇਹ ਪੈਸਾ ਘਰ ਨਹੀਂ ਵਰਤਣਾ ਤੇ ਫਿਰ ਇਸ ਬੰਦੇ ਨੇ 20000 ਰੁਪਏ ਫੇਰ ਨਾ ਦੇਵੇ ਗੁਰਮਖੋ ਜਦੋਂ ਇਹਦੇ ਘਰੇ ਮੇਰੇ ਭਤੀਜੇ ਫੇਰ ਗਏ ਪੈਸੇ ਲੈਣ ਵਾਸਤੇ ਇਸ ਬੰਦੇ ਦਾ ਦੱਸੋ ਕਿਹੜਾ ਟਰੱਕਾਂ ਦਾ ਬਿਜ਼ਨਸ ਚੱਲਦਾ ਹੈ ਕਿਹੜੀ ਇਸ ਬੰਦੇ ਦੀ ਸੋਨੇ ਦੀ ਦੁਕਾਨ ਹੈ 40000 ਰੁਪਏ ਦੇ ਕੁੱਤੇ ਘਰੇ ਵੀ ਨਹੀਂ ਬੈਠਾ ਲਿਆ ਕੇ ਅਲ ਸੇਸ਼ਨ ਕਿਸਮ ਦੇ بڑے بڑے ਕੰਨਾਂ ਵਾਲੇ 40000 ਰੁਪਏ ਦੇ ਕੁੱਤੇ ਦੇ ਘਰੇ ਬੰਨੇ ਹਨ ਆਪ ਲੁੱਕ ਕੇ ਅੰਦਰ ਫਿਰ ਪਿੰਡ ਦੇ ਬੰਦਿਆਂ ਨੇ ਮੋਹਤਵਰ ਬੰਦਿਆਂ ਨੇ ਜ਼ਿੰਮੇਵਾਰੀ ਲਈ ਕਿ ਅਸੀਂ ਹਫ਼ਤੇ ਦੇ ਅੰਦਰ ਪੈਸੇ ਦਵਾਂਗੇ ਫਿਰ ਇੱਕ ਕੁੱਟ ਤੋਂ ਡਰਦਾ ਜਾ ਕੇ 20000 ਰੁਪਏ ਮੇਰੇ ਘਰੇ ਦੇ ਕੇ ਆਇਆ ਇਹ ਚੋਰ ਬੰਦਾ ਬਾਹਰਲੇ ਬੰਦਿਆਂ ਨੂੰ ਸਿੰਘਾਂ ਨੂੰ ਫਸਾਫਸਾ ਕੇ ਉਹ ਤਾਂ ਪੈਸੇ ਹੜਪਦਾ ਉਹਨਾਂ ਨੂੰ ਬਰਗੜਾ ਕੇ ਫਿਰ ਉਹਨਾਂ ਦੀ ਸੀਆਈਡੀ ਕਰਦਾ ਪੁਲਿਸ ਕੋਲ ਜਦੋਂ ਅਸੀਂ 30000 ਰੁਪਏ ਦੇ ਕੋਲੋਂ ਵਾਪਸ ਲੈ ਲਿਆ ਇਸ ਹਰਾਮ ਦੇ ਕੁੱਤੇ ਨੇ ਸੀਆਈਏ ਸਟਾਫ ਖੰਨੇ ਦੇ ਵਿੱਚ ਮੇਰੀਆਂ ਫੋਟੋਆਂ ਮੈਂ ਉਹ ਪੈਸੇ ਭੇਜੇ ਸੀ ਔਰ ਸਿੱਧਾ ਜਾ ਕੇ ਦਿੱਤੀਆਂ ਕਿ ਸਾਨੂੰ ਇਹ ਬੰਦੇ ਕੁੱਟਣ ਵਾਸਤੇ ਪੈਸੇ ਭੇਜਦਾ ਹੈ ਦੱਸੋ ਮੇਰੀ ਕਿਹਦੇ ਨਾਲ ਦੁਸ਼ਮਣੀਆਂ ਮੈਂ ਕਿਹਨੂੰ ਕਟਾਉਣਾ ਮੈਨੂੰ 22 ਸਾਲ ਹੋ ਗਏ ਇੰਗਲੈਂਡ 'ਚ ਬੈਠੇ ਨੂੰ ਮੈਨੂੰ ਤੇ ਮੇਰੇ ਪਿੰਡ ਦੇ ਬੰਦੇ ਨਹੀਂ ਜਾਣਦੇ ਜਾਂ ਜੁਕਰਾ ਫੇਸਬੁੱਕ ਨਾਲ ਚਲਾਉਂਦਾ ਮੈਨੂੰ ਤਾਂ ਕੋਈ ਜਾਣਦੇ ਨਹੀਂ ਸੀ ਮੈਂ ਕੌਣ ਐ ਕਿਸੇ ਨੂੰ ਪਤਾ ਨਹੀਂ ਸੀ ਮੇਰੀ ਸ਼ਕਲ ਸੂਰਤ ਕੈਸੀ ਐ ਇਸ ਬੰਦੇ ਨੇ ਮੇਰੀ ਰਿਪੋਰਟ ਕੀਤੀ ਪੁਲਿਸ ਨੇ ਮੇਰੇ ਦੋਨੋਂ ਭਤੀਜੇ ਇੱਕ ਮੇਰਾ ਭਣਜਾ ਇੱਕ ਮੇਰੀ ਭਾਣਜ ਨੂੰ ਲਿਖਣੇ ਕੰਮ ਕਰਦੀ ਹੈ ਵਿਚਾਰੀ ਉਹ ਕੁੜੀ ਉਹਨੇ ਚਾਰਾਂਮ ਚੱਕ ਕੇ ਲੈ ਕੇ ਸੀਆਈ ਸਟਾਫ ਪੁੱਛ ਕੇ ਕਰਵਾਈ ਇਸ ਬੰਦੇ ਨੇ ਟੌਟਗਰੀ ਕੀਤੀ ਤੇ ਜਦੋਂ ਮੈਂ ਐਸਐਸਪੀ ਖੰਨਾ ਦੇ ਨਾਲ ਮੇਰੇ ਖਵਾਲ ਸ਼ਾਇਦ ਸਤਿੰਦਰ ਪਾਲ ਸਿੰਘ ਜਾਂ ਸਤਿੰਦਰਜੀਤ ਸਿੰਘ ਉਹਨਾਂ ਦਾ ਨਾਮ ਸੀ ਐਸਐਸਪੀ ਦਾ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਵੀ ਕੋਣ ਬੰਦਾ ਚੱਕ ਕੇ ਲੈ ਕੇ ਆਂਦਾ ਕੀਤੇ ਦੇ ਕੇਸ ਬਣਿਆ ਕੀ ਕੇਸ ਹੈ ਤਾਂ ਇਸ ਹਰਾਮਜਾਦੇ ਨੂੰ ਮੈਂ ਫੋਨ ਕੀਤਾ ਨੇ ਫੋਨ ਨਹੀਂ ਚੱਕਿਆ ਤਾਂ ਮੈਂ ਸਾਰੇ ਸਿੰਘਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਨਾ ਕਿ ਇਹ ਬੰਦੇ ਤੇ ਹੁਣ ਵੀ ਇਹਨੇ ਜਿਹੜਾ ਮੁੰਡਾ ਕੁੜੀ ਕੁੱਟੇ ਨੇ ਭਾਵੇਂ ਸਾਰਾ ਪੰਜਾਬ ਇੱਕ ਪਾਸੇ ਇਕੱਠਾ ਹੋ ਕੇ ਇਹਦੇ ਤੇ ਕੇਸ ਪਵਾ ਦਵੇ ਇਹਨੂੰ ਕੋਈ ਸਜ਼ਾ ਨਹੀਂ ਹੋਣੀ ਨਾ ਤੇ ਕੁੱਟ ਪੈਣੀ ਹੈ ਨਾ ਪੁਲਿਸ ਨੇ ਅਰੈਸਟ ਕਰਨਾ ਹੈ ਕਿਉਂਕਿ ਕੰਮ ਹੀ ਉਹਨਾਂ ਲਈ ਕਰਦਾ ਇਹ ਫਿਰ ਜਦੋਂ ਮੈਂ ਸਾਰੀ ਪੁਲਿਸ ਨਾਲ ਗੱਲਬਾਤ ਕੀਤੀ ਗੁਰਮਖੋ ਤਾਂ ਮੈਂ ਆਪਣੇ ਭਤੀਜੇ ਤੇ ਭਾਣ ਜਾ ਭਾਣ ਜਿਓ ਛਡਵਾਏ ਉਹ ਆਏ ਘਰੇ ਤੇ ਫਿਰ ਪਤਾ ਲੱਗਿਆ ਕਿ ਇਹ ਬੰਦੇ ਨੇ ਟੌਟਗਰੀ ਕੀਤੀ ਹੈ ਇਹ ਬੰਦਾ ਚਮਚੇਗਰੀ ਕਰਦਾ ਇੱਕ ਗੱਲ ਹੋਰ ਇੱਕ ਮੁੰਡਾ ਰਣਜੀਤ ਸਿੰਘ ਨਾਂ ਦਾ ਸਿੰਘ ਮੈਂ ਨਹੀਂ ਕਦੇ ਦੇਖਿਆ ਮੈਂ ਨਹੀਂ ਕਦੇ ਗੱਲਬਾਤ ਕੀਤੀ ਉਹਦੇ ਨਾਲ ਇਸ ਬੰਦੇ ਨੇ ਉਹਦੇ ਘਰ ਜਾ ਕੇ ਹਰਿਆਣਾ ਚ ਕਿਤੇ ਰਿਹਾ ਹੈ ਰਾਤ ਨੂੰ ਜਿਹੜਾ ਵੀ ਸਿੰਘ ਕੋਈ ਕਹਦਾ ਬੰਦਾ ਸਹੀ ਹੈ ਇਹਨੂੰ ਪੁੱਛ ਸਕਦਾ ਬਿਠਾ ਕੇ ਗੁਰੂਗ੍ਰਾਂਸਾ ਮਾਰਦੀ ਜੂਰੀ ਚ ਉਹਦੇ ਘਰੇ ਗਿਆ 2 ਘੰਟੇ ਬਾਅਦ ਜਦੋਂ ਪੁਲਿਸ ਨੇ ਚੱਕ ਲਿਆ ਅੱਜ ਕੱਲੋ ਮੁੰਡਾ ਤਿਹਾਰਡ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਗਵਰਨਮੈਂਟ ਨੇ ਇਸ ਬੰਦੇ ਦੀ ਬਦੌਲਤ ਇਹ ਮੁਕਰਦਾ ਸੀ ਕਹਿੰਦਾ ਮੈਂ ਪੈਸੇ ਨਹੀਂ ਦੇਣੇ ਇਹਨੂੰ ਰਾਣਵਾ ਗੁਰਦੁਆਰੇ ਦੇ ਵਿੱਚ ਇਤਿਹਾਸਕ ਦਸਵੇਂ ਪਾਤਸ਼ਾਹ ਚਾਹੀਦਾ ਗੁਰਦੁਆਰੇ ਦੇ ਵਿੱਚ ਭਾਈ ਜਸਪਾਲ ਸਿੰਘ ਪਵਾਤ ਗੁਰੂ ਨਾਨਕ ਚੈਰੀਟੇਬਲ ਟਰਸਟ ਮਿਸ਼ਨ ਵਾਲੇ ਉਹਨਾਂ ਨੇ ਮਹਾਰਾਜ ਦੀ ਜੂਰੀ 'ਚ ਬਿਠਾ ਕੇ ਇਹਨੂੰ ਪੁੱਛਿਆ ਇਹ ਭੱਜ ਗਿਆ ਬਾਹਰ ਮਹਾਰਾਜ ਦੀ ਜੂਰੀ 'ਚੋਂ ਗੁਰਮੁਖ ਕੋ ਕਿਹੜੇ ਬੰਦੇ ਦੀ ਮਦਦ ਕਰਨ ਲੱਗੇ ਹੋ ਉਸ ਬੰਦੇ ਦੀ ਵੀਡੀਓ ਦੇਖੋ ਉਸ ਬੱਚਿਆਂ ਦੀ ਵੀਡੀਓ ਦੇਖੋ ਉਹ ਗੁਰਦੁਆਰਾ ਸਾਹਿਬ ਨਮਸਕਾਰ ਕਰਕੇ ਬੈਠੇ ਆ ਪੂਰਾ ਸਾਹਿਬ ਦੇ ਅੰਦਰ ਕੋਈ ਗਲਤ ਹਰਕਤ ਕਰਦੇ ਹੁੰਦੇ ਇੱਕ ਦੂਜੇ ਨੂੰ ਟੱਚ ਕਰਦੇ ਹੁੰਦੇ ਕੋਈ ਹੋਰ ਕੋਈ ਸਰੀਰਕ ਹਰਕਤ ਗਲਤ ਕਰਦੇ ਹੁੰਦੇ ਫੇਰ ਇਹ ਬੰਦੇ ਦਾ ਫਰਜ਼ ਬਣਦਾ ਸੀ ਕਿ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਗੱਲ ਕਰਦਾ ਫੇਰ ਇਸ ਬੰਦੇ ਦਾ ਫਰਜ਼ ਬਣਦਾ ਸੀ ਕਿ ਇਹ ਬੰਦਾ ਪੁਲਿਸ ਨੂੰ ਰਿਪੋਰਟ ਕਰਦਾ ਇਹਦੇ ਕਿਹੜੇ ਬਾਪ ਦਾ ਉਹ ਬਣਿਆ ਹੋਇਆ ਤੇ ਪੁਲਿਸ ਸਟੇਸ਼ਨ ਜਿਹੜਾ ਇਹ ਜਾ ਕੇ ਉਹਨੂੰ ਮਾਰ ਲੱਗੇ ਕਿਹਨੇ ਅਥਾਰਟੀ ਤੀ ਨੂੰ ਜੇ ਬਹੁਤਾ ਇਹ ਮਰਜ਼ਾਦਾ ਪਰਸ਼ੋਤਮ ਬਣਦਾ ਹੈ ਈਸ਼ਵਰ ਮਾਨੂਪਰੀਆ ਇਹ ਆਪਣੀ ਮਾਂ ਨੂੰ ਚੌਂਕੀ ਲੈਣੋਂ ਹਟਾ ਲਵੇ ਦੀ ਮਾਂ ਕਰੇ ਚੌਂਕੀ ਲਾਉਂਦੀ ਹੈ ਸਾਰਾ ਪਿੰਡ ਜਾਣਦਾ ਹੈ ਉਹਨੂੰ ਕਿਉਂ ਹਟਾਉਂਦਾ ਇਹ ਸਿਰਫ ਤੇ ਸਿਰਫ ਇੱਕ ਪਾਪੂਲੈਰਿਟੀ ਲੈਣ ਵਾਸਤੇ ਫੇਮਸ ਹੋਣ ਵਾਸਤੇ ਆਪਣੇ ਆਪ ਨੂੰ ਬਹੁਤ ਵੱਡਾ ਕੁਰਬਾਨੀ ਵਾਲਾ ਯੋਧਾ ਸਾਬਤ ਕਰਨ ਵਾਸਤੇ ਇਹ ਕੁਛ ਕਰਦਾ ਜਿਹੜੇ ਗੁਰਸਿੱਖ ਪਿਆਰੇ ਧਰਮ ਨਾਲ ਪਿਆਰ ਕਰਦੇ ਨੇ ਕੌਮ ਨਾਲ ਪਿਆਰ ਕਰਦੇ ਨੇ ਸ਼ਹੀਦਾਂ ਨਾਲ ਪਿਆਰ ਕਰਦੇ ਨੇ ਟਕਸਾਲਾਂ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਕੰਜਰ ਨੂੰ ਮੂੰਹ ਨਾ ਲਾਓ ਗੁਰਮਖੋ ਤੁਹਾਨੂੰ ਓਕਸਾ ਕੇ ਤੁਹਾਡੇ ਕੋਲੋਂ ਕੋਈ ਗੱਲਬਾਤ ਕਰਵਾ ਕੇ ਇਹਨੇ ਪੁਲਿਸ ਰਿਪੋਰਟ ਕਰਕੇ ਤੁਹਾਨੂੰ ਫਸਾ ਕੇ ਟੰਗ ਦੂਗਾ ਮੁੜ ਕੇ ਨਾ ਕਿਤੇ ਜ਼ਮਾਨਤ ਹੋਵੇ ਨਾ ਕਿਤੇ ਮੁਲਾਕਾਤ ਹੋਵੇ ਫਿਰ ਦੇਖੀ ਜਾਊਗਾ ਬੈਠੇ ਵੀ ਅਸੀਂ ਕੌਮ ਲਈ ਕੁਰਬਾਨੀ ਕਰਨ ਤੁਰੇ ਸੀ ਜਾਂ ਕੌਮ ਦਾ ਅਸੀਂ ਨੁਕਸਾਨ ਕਰਨ ਤੁਰੇ ਸੀ ਇਹ ਬੰਦਾ ਬਹੁਤਾ ਚੰਗਾ ਬੰਦਾ ਨਹੀਂ ਇਹ ਬੰਦਾ ਟੌਟਗਰੀ ਕਰਦਾ ਹੈ ਇਹ ਬੰਦਾ ਸਿੰਘਾਂ ਨੂੰ ਉਕਸਾ ਕੇ ਉਹਨਾਂ ਕੋਲੋਂ ਗੱਲਬਾਤਾਂ ਕਰਵਾ ਕੇ ਉਹਨਾਂ ਨੂੰ ਬਰਗਲਾ ਕੇ ਸਿੰਘਾਂ ਨੂੰ ਉਹਨਾਂ ਦੇ ਕੇਸ ਪਵਾ ਕੇ ਆਮ ਨਾ ਮੁੜ ਕੇ ਸਾਈਡ ਤੇ ਹੋ ਜਾਂਦਾ ਜਿਹੜਾ ਕੁਝ ਵੀ ਕੀਤਾ ਇਸ ਬੰਦੇ ਨੇ ਬਹੁਤ ਗਲਤ ਕੀਤਾ ਇਹਦੇ ਕੋਲ ਕੋਈ ਰਾਈਟ ਨਹੀਂ ਕੋਈ ਅਧਿਕਾਰ ਹੀ ਨਹੀਂ ਸੀਗਾ ਨਾ ਕੋਈ ਸਮਾਜਿਕ ਤੌਰ ਤੇ ਨਾ ਇਹਦੇ ਕੋਲ ਕੋਈ ਧਾਰਮਿਕ ਤੌਰ ਤੇ ਨਾ ਇਹਦੇ ਕੋਲ ਕੋਈ ਪੋਲੀਟੀਕਲ ਤੌਰ ਤੇ ਜਦੋਂ ਉੱਥੇ ਜ਼ਿੰਮੇਵਾਰ ਸੰਸਥਾ ਬੈਠੀ ਹੈ ਇਹਦਾ ਫਰਜ ਬਣਦਾ ਸੀ ਉਹਨਾਂ ਨੂੰ ਦੱਸਦਾ ਇਹਦਾ ਫਰਜ ਬਣਦਾ ਸੀ ਪੁਲਿਸ ਨੂੰ ਕਾਲ ਕਰਨ ਦਾ ਪਰ ਇਹ ਆਪਣਾ ਨਾਂ ਚਮਕਾਉਣ ਵਾਸਤੇ ਕਦੇ ਕਿਸੇ ਨੂੰ ਕੁੱਟਦਾ ਗਰੀਬ ਤੇ ਕਦੇ ਕਿਸੇ ਥੱਪੜ ਮਾਰਦੇ ਤੇ ਜਾ ਕੇ ਲਵੇ ਕਿਸੇ ਪੰਗਾ ਆਪਣੇ ਬਾਪਦੇ ਨਾਲ ਜਿਹੜਾ ਬੰਦਾ ਕੋਈ ਖੜਨ ਵਾਲਾ ਸਾਹਮਣੇ ਉਹਦੇ ਨਾਲ ਪੰਗਾ ਲਵੇ ਜਾ ਕੇ ਫੇਰ ਬੰਦੇ ਨੂੰ ਦੱਸੂਗਾ ਜਦੋਂ ਸਾਡੇ ਮੁੰਡੇ ਕਹੇ ਸੀ ਘਰੇ ਉਦੋਂ ਨਿਕਲਦਾ ਪੇਟੀਆਂ ਥਣੇੋਂ ਬਾਹਰ ਉਦੋਂ ਅਸੀਂ ਦੱਸਦੇ ਇਧਰ ਚ ਕਿੰਨੀ ਕਿ ਹਿੰਮਤ ਹੈ ਚੋਰ ਬੰਦਾ ਹੈ ਇੱਕ ਨੰਬਰ ਦਾ ਮਕਾਰ ਗਦਾਰ ਬੰਦਾ ਹੈ ਬਾਹਰੋਂ ਪੈਸੇ ਹੜਪਣ ਦੀ ਖਾਤਰ ਬਾਹਰਲੀ ਸੰਗਤ ਤੋਂ ਪੈਸੇ ਮੰਗਾਉਣ ਦੀ ਖਾਤਰ ਜਿਹੜਾ ਹਲਕਾ ਜਿਹਾ ਬੰਦਾ ਦੇਖਦਾ ਉਹ ਚਾਰ ਚੇੜਾ ਮਾਰ ਦਿੰਦਾ ਇਸ ਨੀਜ ਤੋਂ ਸਾਵਧਾਨ ਰਹੋ ਇਹ ਬੰਦਾ ਨਾ ਕਿਸੇ ਦਾ ਕੋਈ ਸਵਾਰ ਸਕਦਾ ਨਾ ਧਰਮ ਦਾ ਕੋਈ ਸਵਾਰ ਸਕਦਾ ਜੇ ਇਹਨੇ ਕੋਈ ਕੰਮ ਸਵਾਰਨਾ ਆਪਣੀ ਮਾਂ ਨੂੰ ਚੌਂਕੀਆਂ ਲਾਉਣੋਂ ਹਟਾਵੇ ਇਹਦੀ ਮਾਂ ਚੌਂਕੀਆਂ ਲਾਉਂਦੀ ਹੈ ਅੱਧਾ ਪਿੰਡ ਇਹਦਾ ਇਹਦਾ ਗਵਾਹੀਆਂ ਭਰਦਾ ਵੀ ਇਹਦੀ ਮਾਂ ਚੌਂਕੀਆਂ ਲਾਉਂਦੀ ਹੈ ਤੇ ਇਹ ਬਣਿਆ ਫਿਰਦਾ ਦਮਦਿੰਟਕਸਾਲ ਦਾ 17ਵਾਂ ਮੁਖੀ 9 ਵਰਤਦਾ ਹੈ ਦਮਦਿੰਟਕਸਾਲ ਜਨਾਲਾ ਦਾ ਮੈਂ ਬੇਨਤੀ ਕਰਦਾ ਭਾਈ ਸਾਹਿਬ ਭਾਈ ਜ਼ਥੇਦਾਰ ਭਾਈ ਅਮਰੀਕ ਸਿੰਘ ਜਨਾਲਾ ਸਾਹਿਬ ਜੀ ਨੂੰ ਕਿ ਇਸ ਬੰਦੇ ਨੂੰ ਬੁਲਾ ਕੇ ਪੁੱਛਿਆ ਜਾਵੇ ਇੰਨੀਆਂ ਮਕਾਰੀਆਂ ਗਦਾਰੀਆਂ ਕਰਨ ਦੇ ਬਾਵਜੂਦ ਔਰ ਇਹ ਬੰਦਾ ਨਾ ਲੈਂਦਾ ਦਮਦਮ ਟਕਸਾਲ ਦੇ ਨਾਲਾਂ ਦਾ ਕੇ ਮਤੋਂ ਪੜਿਆ ਹੋਇਆ ਤੇ ਕੱਲ ਨੂੰ ਇਹ ਦਮਦਮ ਟਕਸਾਲ ਦੇ ਉੱਤੇ ਇਲਜ਼ਾਮ ਆਉਣਗੇ ਜਿਹੜੇ ਕੰਮੇ ਕਰਤੂਤਾਂ ਕਰਦਾ ਹੈ ਗੰਦੀਆਂ ਕਰਤੂਤਾਂ ਹਰਕਤਾਂ ਕਰਦਾ ਹੈ ਇਹ ਦਮਦਮ ਟਕਸਾਲ ਤੇ ਇਹੋ ਜਿਹੇ ਗੰਦੇ ਆਂਡਿਆਂ ਦੇ ਇਲਜ਼ਾਮ ਦਮਦਮ ਟਕਸਾਲ ਤੇ ਆਉਣਗੇ ਪਵਿੱਤਰ ਸੰਸਥਾ ਸਾਡੀ ਪ੍ਰਾਊਡ ਸੰਸਥਾ ਹੈ ਸਾਡੀ ਕੁਰਬਾਨ ਹੋਣ ਵਾਲੀ ਸੰਸਥਾ ਹੈ ਸਾਡਾ ਰੋਮ ਰੋਮ ਕੁਰਬਾਨ ਟਕਸਾਲਾਂ ਤੋਂ ਇਹ ਬੰਦਾ ਟਕਸਾਲ ਦਾ ਨਾਂ ਵਰਤ ਕੇ ਇਹ ਗੰਦਗੀ ਟਕਸਾਲ ਦੇ ਉੱਤੇ ਇੱਕ ਕਲੰਕ ਬਣੀ ਹੋਈ ਐ। ਇਹ ਟਕਸਾਲ ਦਾ ਨੌ ਵਰਤਦਾ ਹਰੇਕ ਜਗ੍ਹਾ ਸੀ ਦਮਦਮੇ ਟਕਸਾਲ ਜਨਾਲਾ ਦੇ ਵਿਦਿਆਰਥੀਆਂ। ਮੈਨੂੰ ਖੁਦ ਨੇ ਕਹਿ ਕੇ ਮੇਰੇ ਕੋਲ 30000 ਰੁਪਏ ਲਿਆ ਸੀ ਕੁਰਬਾਨਾ ਭੇਜਣ ਲਈ ਵਾਸਤੇ ਮੈਂ ਦਮਦਮੇ ਟਕਸਾਲ ਜਨਾਲਾ ਦਾ ਵਿਦਿਆਰਥੀ ਐ। ਸੋ ਗੁਰਮਖੋ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਤੋਂ ਬਿਨਾ ਇੱਕ ਦੂਜੇ ਦੀ ਧੀਆਂ ਪੇਣਾ ਦੀ ਬੇਬਤੀ ਕਰਨ ਤੋਂ ਗੁਰੇਸ਼ ਕਰੋ। ਆਪ ਆਪਸੀ ਪਿਆਰ ਵਧਾਓ ਜਿਹੜੇ ਇਹ ਹਜੇ ਟਾਊਟ ਸਿੱਖ ਕੌਮ ਦੇ ਵਿੱਚ ਬੈਠੇ ਨੇ। ਮੇਰਾ ਚੈਲੰਜ ਐ ਜਿਹੜੇ ਬੰਦੇ ਨੇ ਮੇਰੇ ਨਾਲ ਗੱਲਬਾਤ ਕਰਨੀ ਐ ਮੇਰਾ ਨੰਬਰ ਐ +4 75 74 80 65 65 ਜਿਹੜੇ ਬੰਦੇ ਨੇ ਮੇਰੇ ਨਾਲ ਗੱਲਬਾਤ ਕਰਨੀ ਹੈ ਜੀ ਸੱਜ ਕੇ ਗੱਲਬਾਤ ਕਰ ਸਕਦਾ ਹੈ ਇਹਨੇ ਈਸ਼ਵਰ ਨੇ ਗੱਲਬਾਤ ਕਰਨੀ ਹੈ ਕਿਸੇ ਗਰੁੱਪ 'ਚ ਆ ਜਾਵੇ ਲਾਈਵ ਆ ਜਾਵੇ ਚੈਨਲ ਤੇ ਆ ਜਾਵੇ ਮੈਂ ਇਹਨੂੰ ਪ੍ਰੂਫ ਕਰਕੇ ਦਿਨਾ ਵੀ ਬੰਦਾ ਟਾਊਟਾ ਇਹਨੇ ਮੇਰੇ ਭਤੀਜੇ ਚਕਵਾਇਆ ਨਹੀਂ ਮੇਰੀ ਭਣ ਜਿੰਨੂ ਚਕਵਾਈ ਇਹਨੇ ਮੇਰਾ ਭਣਜਾ ਚਕਵਾਇਆ ਸੀਐਸ ਦਾਪ ਦੀ ਮੇਰੇ ਘਰ ਡਾ ਹੁੰਦੀਆਂ ਨਹੀਂ ਆ ਔਰ ਜਿੱਡਾ ਕਬੱਡਾ ਮੈਂ ਅਤਵਾਦੀ ਹੈਗਾ ਜਿੱਡਾ ਕਬੱਡਾ ਵੱਡਾ ਮੈਂ ਬਦਮਾਸ਼ ਹੈਗਾ ਮੇਰੇ ਪਿੰਡ ਦੇ ਲੋਕ ਜਾਣਦੇ ਆ ਮੇਰੀ ਜ਼ਿੰਦਗੀ ਬਾਰੇ ਜਾਣਦੇ ਆ ਮੈਂ ਕਿੱਥੇ ਕਿੱਥੇ ਜ਼ਿੰਦਗੀ ਗੁਜ਼ ਇਹ ਬੰਦਾ ਐਡਾ ਕੁੱਤੇ ਦਾ ਪੁੱਤ ਹੈ ਬੰਦਾ ਇਹਦਾ ਬਾਪ ਅੱਡੀਆਂ 부ਚਕਦਾ ਫਿਰਦਾ ਵਿਚਾਰਾ ਟਰਾਂਸਫਾਰਮਰ ਤੇ ਚੜਦਾ ਟੰਕੇ ਲਾਉਂਦਾ ਇਹ ਤੇ ਇਹਦੀ ਮਾਂ ਬਦਮਾਸ਼ੀਆਂ ਕਰਦੇ ਤਰੇ ਫਿਰਦੇ ਉਹ ਚੌਂਕੀ ਲਾਉਂਦੀ ਐ ਇਹ ਲੋਕਾਂ ਨੂੰ ਕੁੱਟ-ਕੁੱਟ ਕੇ ਪੈਸੇ ਇਕੱਠੇ ਕਰਦਾ ਫਿਰਦਾ ਸੋ ਇਹ ਬੇਨਤੀਆਂ ਪ੍ਰਵਾਨ ਕਰਿਓ ਜਿਹੜਾ ਬੰਦਾ ਇਸੇ ਪਰਸੋਂ ਨੂੰ ਸੱਚਾ ਕਰਨ ਦੀ ਕੋਸ਼ਿਸ਼ ਕਰਦਾ ਉਹ ਮੇਰੇ ਨਾਲ ਗੱਲ ਕਰ ਸਕਦਾ ਹੈ ਟੈਲੀਫੋਨ ਨੰਬਰ ਮੈਂ ਵਿੱਚ ਛੱਡ ਦਿੱਤਾ ਹੈ ਫੇਰ ਵੀ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਟੈਲੀਫੋਨ ਨੰਬਰ ਮੈਂ ਦੁਬਾਰਾ ਦੱਸਣ ਲੱਗਿਆਂ +44 7574806565 ਜਿਹੜਾ ਬੰਦਾ ਮਰਜ਼ੀ ਮੇਰੇ ਨਾਲ ਗੱਲਬਾਤ ਕਰ ਸਕਦਾ ਇਹ ਬੰਦੇ ਨੂੰ ਲਿਆਉਣਾ ਬੁਲਾ ਕੇ ਸਾਹਮਣੇ ਬਲਾ ਗੱਲ ਕਰ ਲਿਓ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਸ ਬੰਦੇ ਨੇ ਮੇਰੇ ਕੋਲੋਂ 30000 ਰੁਪਏ ਲੈ ਕੇ ਜਦੋਂ ਮੈਂ ਪੈਸੇ ਇਸ ਕੋਲੋਂ ਵਾਪਸ ਲਏ 3 ਸਾਲ ਬਾਅਦ ਲੜ ਕੇ ਗਲਮਗਾਲੀ ਹੋ ਕੇ ਉਦੋਂ ਇਸ ਬੰਦੇ ਨੇ ਸੀਆਈਸਟਾਫ ਖੰਨੇ ਨੂੰ ਮੇਰੇ ਖਿਲਾਫ ਝੂਠੀ ਕੰਪਲੇਨ ਦੇ ਕੇ ਕਿ ਇਹ ਬੰਦਾ ਸਾਨੂੰ ਬੰਦੇ ਕੁੱਟਣ ਵਾਸਤੇ ਪੈਸੇ ਭੇਜਦਾ ਹੈ ਮੇਰੇ ਪਿੰਡ ਦੇ ਲੋਕ ਨਹੀਂ ਮੈਨੂੰ ਜਾਣਦੇ 20 ਸਾਲ ਤੋਂ 22 ਸਾਲ ਤੋਂ ਮੈਂ ਇੰਗਲੈਂਡ 'ਚ ਬੈਠਾ ਮੇਰੇ ਪਿੰਡ ਦੇ ਲੋਕ ਮੇਰੀ ਸ਼ਕਲ ਨਹੀਂ ਜਾਣਦੇ ਤੇ ਇਹ ਬੰਦੇ ਨੇ ਮੈਨੂੰ ਉੱਥੇ ਜਾ ਕੇ ਬਹੁਤ ਵੱਡਾ ਬਦਮਾਸ਼ ਖਾੜਕੂ ਹਿੱਟਮੈਨ ਬਣਾ ਕੇ ਪੇਸ਼ ਕਰਤਾ ਇਸ ਕੁੱਤੇ ਬੰਦੇ ਨੇ ਅੱਜ ਜਵਾਕ ਉੱਟਦਾ ਫਿਰਦਾ ਤੇ ਜਿਹੜਾ ਗੁਰਸਿੱਖ ਪਿਆਰਾ ਕੌਮ ਲਈ ਕੁਝ ਕਰਨਾ ਚਾਹੁੰਦਾ ਹੈ ਕੌਮ ਦੀ ਸੇਵਾ ਕਰਨੀ ਚਾਹੁੰਦਾ ਹੈ ਪ੍ਰਚਾਰ ਕਰਕੇ ਹੋਰ ਤਰ੍ਹਾਂ ਤਰੀਕੇ ਦੇ ਨਾਲ ਉਹ ਗੁਰਮਖ ਪਿਆਰਿਓ ਇਸ ਬੰਦੇ ਤੋਂ ਕਿਨਾਰਾ ਕਰੋ ਇਹ ਬੰਦਾ ਇੱਕ ਨੰਬਰ ਦਾ ਲੰਡਾ ਲੁੱਚਾ ਬੰਦਾ ਹੈ ਸਿਰਫ ਗੋਲ ਪਗ ਨਾ ਦੇਖੋ ਇਸ ਬੰਦੇ ਸਿਰ ਤੇ ਬੰਨੀ ਚੋਰ ਬੰਦਾ ਹੈ ਮਕਾਰ ਬੰਦਾ ਹੈ ਗਦਾਰ ਬੰਦਾ ਹੈ ਆਪਣੀ ਪਾਪੂਲੈਰਿਟੀ ਵਾਸਤੇ ਆਪ ਆਪਣੇ ਆਪ ਨੂੰ ਕੀ ਕਹਿੰਦੇ ਆਨੂੰ ਪਾਪੂਲਰ ਕਰਨ ਵਾਸਤੇ ਆਪ ਕਹਿੰਦੇ ਨਾ ਦਬ ਦਬਾ ਬਣਾਉਣ ਵਾਸਤੇ ਇਹ ਬੰਦਾ ਐਗੀਆਂ ਹਰਕਤਾਂ ਕਰਦਾ ਜੇ ਇਹਨੇ ਪੰਗਾ ਲੈਣਾ ਤੇ ਕਿਸੇ ਵਧੀਆ ਬੰਦੇ ਨਾਲ ਲਵੇ ਫੇਰ ਬੰਦ ਪਤਾ ਲੱਗੂਗਾ ਵੀ ਹਾਂ ਇਹਦੇ ਪਿੱਛੇ ਦੀ ਮਾਂ ਬਾਪ ਆਉਂਦੇ ਕਿ ਨਹੀਂ ਆਉਂਦੇ ਜਦੋਂ ਅਸੀਂ ਇਹਦੇ ਘਰੇ ਪਹੁੰਚੇ ਸੀਗੇ ਤੇ ਇਹਦਾ ਬਾਪ ਲੁਕ ਲੁਕ ਕੇ ਮਿੰਤਾ ਕਰਦਾ ਫਿਰਦਾ ਸੀ ਵਿਚਾਰਾ ਬਹੁਤ ਭਲਾ ਮਾਨਸ ਬੰਦਾ ਇਹਦਾ ਬਾਪ ਸੁਲਤਾਨ ਸਿੰਘ ਇਹੋ ਜਿਹਾ ਕਮੀਨਾ ਬੰਦਾ ਐਸ ਕਰਕੇ ਭਾਈ ਕਿਸੇ ਦੀਆਂ ਧੀਆਂ ਪੇਣਾ ਨੂੰ ਬੋਲਣ ਤੋਂ ਪਹਿਲਾਂ ਆਪਣੇ ਆਪ ਇੱਕ ਦੂਜੇ ਨਾਲ ਦੁਸ਼ਮਣੀ ਕ੍ਰੀਏਟ ਕਰਨ ਤੋਂ ਪਹਿਲਾਂ ਇਹ ਚੀਜ਼ ਨੂੰ ਸੋਚੋ ਮੈਂ ਤਾਂ ਬੋਲਿਆ ਹੈ ਕਿ ਮੇਰੇ ਬਹੁਤ ਹੀ ਹਰਮਨ ਪਿਆਰੇ ਇੱਕ ਗੁਰਸਿੱਖ ਨੇ ਪਿਆਰੇ ਭਾਈ ਗਰਮੀਤ ਸਿੰਘ ਬਹਿਰੀਨ ਵਾਲੇ ਉਹਨਾਂ ਨੇ ਕੁਝ ਸ਼ਬਦ ਬੋਲਨੇ ਨੇ ਵਿੱਚ ਆਪਣੀ ਵੀਡੀਓ ਦੇ ਤੇ ਤਾਂ ਮੈਨੂੰ ਇਹ ਗੱਲ ਬੋਲਣੀ ਪਈ ਇੱਕ ਸੱਜਣ ਨੇ ਹੋਰ ਬੋਲਿਆ ਕਹਿੰਦਾ ਆਪਣੀਆਂ ਕੁੜੀਆਂ ਨੂੰ ਪੈਸੇ ਦੇ ਕੇ ਭੇਜਿਆ ਕਰੋ ਹੋਟਲਾਂਾਂ ਦੇ ਵਿੱਚ ਕਮਲਿਓ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ ਜਿਹੜਾ ਉੱਥੇ ਬੰਦਾ ਕੋਈ ਉਹ ਪਬਲਿਕ ਪਲੇਸ ਨਹੀਂ ਹੈਗੀ ਉਹ ਇਤਿਹਾਸਿਕ ਪਲੇਸ ਹੈ ਹਰ ਪਲ-ਪਲ ਬੰਦਾ ਉੱਥੇ ਨਮਸਕਾਰ ਕਰਨ ਵਾਸਤੇ ਜਾਂਦਾ ਹੈ ਆਪ ਸੋਚੋ ਕਿਹੜਾ ਬੰਦਾ ਉੱਥੇ ਕੀ ਗਲਤ ਕੰਮ ਕਰ ਸਕਦਾ ਜਾ ਕੇ ਸ਼ਹੀਦਾਂ ਦੀ ਧਰਤੀ ਤੇ ਇਸ ਕਰਕੇ ਬੇਨਤੀਆਂ ਪ੍ਰਵਾਨ ਕਰਿਓ ਜਿਹੜੇ ਇਹ ਜਿਹੇ ਬੰਦੇ ਐ ਉਹਨਾਂ ਤੋਂ ਸੁਚੇਤ ਰਭੋ ਇਹ ਜਾਣ ਬੁੱਝ ਕੇ ਹੁਲੜਵਾਜੀ ਕ੍ਰੀਏਟ ਕਰਕੇ ਧਰਮਾਂ ਦੇ ਵਿੱਚ ਸਮਾਜ ਦੇ ਵਿੱਚ ਵਖਰੇਵੇਂ ਪੈਦਾ ਕਰਦੇ ਸਾਨੂੰ ਏਕਤਾ ਦੀ ਲੋੜ ਐ ਸਾਨੂੰ ਵਖਰੇਵੇਂ ਦੀ ਲੋੜ ਨਹੀਂ ਅਸੀਂ ਇਕੱਤਰ ਹੋਣਾ ਐ ਨਾ ਕਿ ਅਸੀਂ ਡਿਵਾਈਡ ਹੋਣਾ ਐ ਨਾ ਅਸੀਂ ਵਖਰੇ ਵਖਰੇ ਹੋਣਾ ਐ ਇਸ ਕਰਕੇ ਸੁਚੇਤ ਰਭੋ ਇਹ ਜੇ ਬੰਦਿਆਂ ਤੋਂ ਫਿਰ ਮੈਂ ਇੱਕ ਵਾਰੀ ਬੋਲਣ ਲੱਗਿਆ ਈਸ਼ਵਰ ਸਿੰਘ son of ਸੁਲਤਾਨ ਸਿੰਘ ਪਿੰਡ ਮਾਨੂਪੁਰ ਇਹ ਬੰਦਾ ਸਿੱਖ ਨਹੀਂ ਹੈਗਾ ਇਹ ਬੰਦਾ ਚੋਰ ਮਕਾਰ ਗਦਾਰ ਟਾਊਟ ਤੇ ਇਸ ਬੰਦੇ ਨਾਲ ਜਿਹੜਾ ਬੰਦਾ ਵਾਹ ਵਾਸਤਾ ਰੱਖਦਾ ਉਹ ਬੰਦਾ ਆਪਣਾ ਆਪ ਜ਼ਿੰਮੇਵਾਰ ਹੋ ਪਾਈ ਇਹ ਬੰਦੇ ਨੇ ਮੇਰੇ ਨਾਲ ਕੀਤੀ ਹੈ ਮੈਂ ਤਾਂ ਇੰਗਲੈਂਡ 'ਚ ਬੈਠਾ ਬੜੀ ਦੂਰ ਬੈਠਾ ਸੀ ਮੈਂ ਤਾਂ ਬਚ ਗਿਆ ਜਿਹੋ ਜਿਹੇ ਅਲੀਗੇਸ਼ਨ ਨੇ ਮੇਰੇ ਤੇ ਲਾਏ ਸੀਗੇ ਤੇ ਹੋ ਸਕਦਾ ਮੇਰੀ ਜ਼ਮਾਨਤ ਨਾ ਹੁੰਦੀ ਜੇ ਮੈਂ ਇੰਡੀਆ ਦੇ ਵਿੱਚ ਹੁੰਦਾ ਤੇ ਉਥੇ ਕੀ ਕੀ ਕਰਦਾ ਭਾਈ ਰਣਜੀਤ ਸਿੰਘ ਉਸ ਕੱਲ ਦੀ ਪ੍ਰੂਫ ਹੈ ਜਿਹੜਾ ਮੁੰਡੇ ਦਾ ਨਾਮ ਰਣਜੀਤ ਸਿੰਘ ਸੀਗਾ ਇਹਨੇ ਫਸਾਇਆ ਉਹ ਟਾਟਗਰੀ ਕਰਕੇ ਉਹਦੀ ਉਹਦੀ ਸੀਆਈਡੀ ਕਰਕੇ ਤੇ ਉਹ ਮੁੰਡਾ ਅੱਜ ਜੇਲ੍ਹ ਚ ਬੈਠਾ ਹੈ ਤੇ ਇਹਦੇ ਆਪ ਦਾ ਸਗਾ ਰਿਸ਼ਤੇਦਾਰ ਮਨਪ੍ਰੀਤ ਸਿੰਘ ਫੈਨਸਰ ਨਾਂ ਦੀ ਆਈਡੀ ਸੀ ਉਹਦੀ ਫੇਸਬੁੱਕ ਤੇ ਮੁੰਡੇ ਦੀ ਬੜਾ ਸੌ ਮੁੰਡਾ ਸੀਗਾ ਇਹਨੇ ਨਾਮ ਬਣਾਉਣ ਦੀ ਖਾਤਰ ਉਹਨੂੰ ਕੁੱਟ ਕੇ ਮੁੰਡੇ ਨੂੰ ਸਿੱਖੀ ਤੋਂ ਦੂਰ ਕਰਕੇ ਉਹਨੂੰ ਨੇਕੀ ਦੁਸ਼ਟ ਦਾ ਚੇਲਾ ਬਣਾਇਆ ਜਿਹੜਾ ਨੇਕੀ ਦੁਸ਼ਟ ਢਟਰੀ ਦਾ ਗੁਰੂ ਨਿਊਜ਼ੀਲੈਂਡ ਵਾਲਾ ਉਹਦਾ ਚੇਲਾ ਬਣਾਇਆ ਉਹ ਮੁੰਡੇ ਨੂੰ ਨਿੰਦਕ ਬਣਾ ਕੇ ਨੇ ਦਮ ਲਿਆ ਉਹਦਾ ਖੜਾ ਨਹੀਂ ਛੱਡਿਆ ਸੋ ਇਹ ਇਹੋ ਜਿਹਾ ਬੰਦਾ ਭਾਈ ਜੇ ਮੇਰੇ ਕੋਲੋਂ ਕੁਚਾ ਨੀਮਾ ਸ਼ਬਦ ਬੋਲ ਗਿਆ ਹੋਵੇ ਕਿਸੇ ਦੀ ਸ਼ਾਂਤੀ ਖਿਲਾਫ ਮਾਫ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਕੌਮ ਦੀ ਨੌਜਵਾਨੀ ਨੂੰ ਸਮਤ ਆਵੇ ਬਾਣੀ ਪੜੋ ਨਾਮ ਜਪੋ ਅਮਰਤ ਵੇਣਾ ਸੰਭੋ ਭਾਈ ਨਾਮ ਜਪਿਆ ਕਰੋ ਜਿਹੜਾ ਇਹੋ ਜਿਹੇ ਕੁੱਤੇ ਬੰਦਿਆਂ ਦੀ ਸਮਝ ਪੈ ਜਾਵੇ ਬੰਦੇ ਕੌਣ ਨੇ ਸਾਡੇ ਧਰਮ ਦੇ ਵਿੱਚ ਸਾਡੀ ਕੌਮ ਦੇ ਵਿੱਚ ਬੜੇ ਵੇ ਇਸ ਕਰਕੇ ਜਿਹੜੀ ਵੀ ਕੋਈ ਉੱਚੇ ਨੇਮਾ ਸ਼ਬਦ ਕਿਸੇ ਸਿੱਖ ਦੇ ਖਿਲਾਫ ਗੁਰਸਿੱਖ ਦੇ ਖਿਲਾਫ ਕਿਸੇ ਹੋਰ ਵੀਰ ਦੇ ਖਿਲਾਫ ਬੋਲਿਆ ਗਿਆ ਉਹਦੇ ਵਾਸਤੇ ਹੱਥ ਜੋੜ ਕੇ ਕੰਨ ਫੜ ਕੇ ਮਾਫੀ ਮੰਗਦੇ ਆ ਪਰ ਜਿਹੜਾ ਇਹ ਲੰਡਾ ਲੁੱਚਾ ਬੰਦਾ ਨਾ ਚੋਰ ਬੰਦਾ ਮਕਾਰ ਗਦਾਰ ਟਾਊਟ ਬੰਦਾ ਈਸ਼ਵਰ ਸਿੰਘ ਮਾਨੂਪੁਰ ਇਹਦੇ ਜਿੰਨੀਆਂ ਜੁੱਤੀਆਂ ਵਜਣ ਜਿੰਨੀ ਇਹ ਦੀ ਜਿੱਦੜ ਕੋਟ ਹੋਵੇ ਉੰਨੀ ਥੋੜੀ ਹੈ ਬਹੁਤਾ ਇਹ ਬੰਦਾ ਮਰਜ਼ਾਦਾ ਪਰਸ਼ੰਤ ਬਣਦਾ ਆਪਣੀ ਮਾਂ ਨੂੰ ਚੌਂਕੀਆਂ ਲਾਉਣੋਂ ਹਟਾ ਲਵੇ ਸਾਰਾ ਪੰਜਾਬ ਸੁਧਰ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ